Assalamu alaikum ji. Wa alaikum assalam jinaab. German Pakistan embassy Frankfurt Germany ja si gal baat kar rahe ha te ki na assalamu alaikum ji. Jinaab Ghanwad Bhatt naam hai mera. Ji ji. German city Hagen tu main aaya. ਕਿਹੜੀ ਜਗ੍ਹਾ ਤੋਂ ਆਇਓ ਜੀ ਹਾਗਨ ਜੀ ਜੀ ਠੀਕ ਹੈ ਇਹ ਕਿਤਨੀ ਦੂਰ ਹੈ ਇੱਥੋਂ ਫਰੈਂਕਫਰਟ ਤੋਂ ਨਾਰਮਲ ਤੋਂ ਨਾਰਮਲ ਵੀ 2.5 ਤੋਂ 3 ਘੰਟੇ ਲੱਗਦੇ ਨੇ ਇੱਥੋਂ ਟ੍ਰੇਨ ਤੇ ਆਇਓ ਜੀ ਹਾਂ ਜੀ ਜੀ 4 ਤੋਂ 5 ਦਫਾ ਪਹਿਲੇ ਮੈਂ ਆਦਾ ਕਿਰਾਇਆ ਕਿਤਨਾ ਹੈ ਕਿਰਾਇਆ ਨਾਰਮਲ 120 ਰੁਪਏ ਜੀ ਜੀ 120 ਰੁਪਏ ਕਿਰਾਇਆ ਲਾ ਕੇ ਜੀ ਆਇਆ 3 ਦਫਾ ਪਹਿਲੇ ਵੀ ਆ ਚੁੱਕਾ ਜੀ ਜੀ ਹੁਣ ਮੈਂ ਜਨਾਬ ਡਬਲ ਫੀਸ ਜਿਹੜੀ ਹੈ ਅੱਗੇ ਵੀ ਮੈਂ ਫੀਸ ਆਨਲਾਈਨ ਅਪਲਾਈ ਕੀਤਾ 120 ਰੁਪਏ ਅੱਗੇ ਦਿੱਤੇ ਹਨ ਜੀ ਜੀ ਹੁਣ ਫਿਰ ਇੱਥੇ ਆਇਆ ਇਹਨਾਂ ਜਨਾਬ 110 ਰੁਪਏ ਹੁਣ ਫੀਸ ਲਈ ਹੈ ਦੁਬਾਰਾ ਪਾਸਪੋਰਟ ਜਿਹੜਾ ਅਪਲਾਈ ਕੀਤਾ ਇਹ ਜਿਹੜੇ ਨੇ ਸਾਡੇ ਨਾਲ ਸਹੀ ਤਾਮਨ ਅੱਛੇ ਤਰੀਕੇ ਨਾਲ ਨਹੀਂ ਕਰ ਰਹੇ ਨਹੀਂ ਜਿਤਨੀ ਦਫਾ ਉਤਨੀ ਦਫਾ ਫੀਸ ਦੇ ਰਹੇ ਨਹੀਂ ਫੀਸ ਮੈਂ 2 ਦਫਾ ਦਿੱਤੀ ਹੈ ਜਨਾਬ ਜੀ 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 ਹਾਂ ਕਿਰਾਇਆ ਤਾਂ ਫਿਰ ਜਿੰਨੀ ਦਫਾ ਆਪਣਾ ਕਿਰਾਇਆ ਤਾਂ ਲਾਜ਼ਮ ਲਾ ਕੇ ਆਪਣਾ ਨਾਰਮਲ ਤੋਂ ਨਾਰਮਲ ਮੈਂ 7 ਤੋਂ 8 ਸੌ ਰੁਪਇਆ ਮੈਂ ਕਿਰਾਇਆ ਜਨਾਬ ਲਾ ਬੈਠਾ ਇੱਥੇ 7-8 ਸੌ ਤਕਰੀਬਨ ਪਾਕਿਸਤਾਨੀ 1.5 ਲੱਖ ਰੁਪਇਆ ਡੇਢ 2 ਲੱਖ ਦੇ ਨਜ਼ਦੀਕ ਇਹ ਪਾਸਪੋਰਟ ਵਾਸਤੇ ਸਾਨੂੰ ਦਲੀਲ ਕਰ ਰਹੇ ਨੇ ਜੀ ਜੀ ਕੋਈ ਅੱਛੇ ਤਰੀਕੇ ਨਾਲ ਸਾਡੇ ਨਾਲ ਤਾਮਨ ਨਹੀਂ ਕਰ ਨਹੀਂ ਹੋ ਤੁਸੀਂ ਕਿਸ ਇੰਤਜ਼ਾਰ 'ਚ ਫਿਰ ਖੜੇ ਹੋ ਤੁਹਾਡਾ ਕੰਮ ਅਜੇ ਤੱਕ ਨਹੀਂ ਖਤਮ ਹੋਇਆ ਹੁਣ ਦੁਬਾਰਾ ਮੈਂ ਆਇਆ ਮੈਨੂੰ ਇਹਨਾਂ ਆਖਿਆ ਜਨਾਬ ਤੁਸੀਂ ਦੁਬਾਰਾ ਫੀਸ ਜਮ੍ਹਾਂ ਕਰਾਓ ਜੀ ਦੁਬਾਰਾ ਤੁਹਾਡਾ ਫੀਸ ਆਪਣਾ ਪਾਸਪੋਰਟ ਅਪਲਾਈ ਹੋਵੇ ਤਾਂ ਜੀ ਜੀ ਇਹ ਤੁਹਾਨੂੰ ਫਿਰ ਨਾਰਮਲ ਤੋਂ ਨਾਰਮਲ ਜਿਹੜਾ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਇਹ ਲੱਭੇਗਾ ਜੀ 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 ਹਾਂ ਹੁਣ ਦੁਬਾਰਾ ਫੀਸ ਦਿੱਤੀ ਇਹਨਾਂ ਨੂੰ ਫਿਰ ਜਿਹੜਾ ਪਾਸਪੋਰਟ ਦੁਬਾਰਾ ਅਪਲਾਈ ਕੀਤਾ ਨਹੀਂ ਅਸਾਂ ਮਤਲਬ ਇਹ ਵੀ ਸੁਣਿਆ ਕਿ ਅੱਜ ਕੱਲ੍ਹ ਤਾਂ ਮਤਲਬ ਇਹ ਅਮਲਾ ਬੜਾ ਮਦਦ ਕਰ ਰਿਹਾ ਬੜੀ ਗੱਲ ਸੁਣਦਾ ਹੈ ਤੁਸੀਂ ਅਮਲੇ ਦੇ ਬਾਰੇ 'ਚ ਮਤਲਬ ਇਹ ਕਿਸ ਤਰ੍ਹਾਂ ਮਹਿਸੂਸ ਕੀਤਾ ਅਮਲਾ ਵੀ ਮਕਸਦ ਇਹ ਹੁਣ ਮੈਂ ਤਕਰੀਬਨ 2 ਦਫਾ ਪਾਸਪੋਰਟ ਅਪਲਾਈ ਕੀਤਾ ਜੀ ਜੀ ਮਦਦ ਕਿਸ ਤਰੀਕੇ ਦੀ ਹੁੰਦੀ ਕਿਉਂ ਆਰਸ਼ਾ ਮੈਂ ਪ੍ਰੂਫ ਆਪਣੇ ਦਿੱਤੇ ਨੇ ਜੀ ਜੀ ਇਹ ਵਜ ਮੈਂ ਪਹਿਲੀ ਦਫਾ ਪਾਸਪੋਰਟ ਅਪਲਾਈ ਆਨਲਾਈਨ ਕੀਤਾ ਕਿਉਂ ਇਹਨਾਂ ਆਨਲਾਈਨ ਕਿਉਂ ਕੱਢੇ ਆ ਜੀ ਜੀ ਆਨਲਾਈਨ ਇਸ ਗੱਲ ਵਿੱਚ ਸਹੂਲਤ ਇੱਥੇ ਰਾਸ਼ਨ ਆ ਮਤਲਬ ਘਰ ਬੈਕ ਕਰ ਲਓ ਘਰ ਬੈਕ ਕੇ ਕਰ ਲਓ ਕਿਉਂ ਨਹੀਂ ਆਨਲਾਈਨ ਨਹੀਂ ਹੋਇਆ ਤੁਹਾਡਾ ਆਨਲਾਈਨ ਪਾਸਪੋਰਟ ਦੀ ਇਹਨਾਂ ਨੂੰ ਮੈਂ ਸਾਰਾ ਕੁਝ ਵਿਖਾਇਆ ਇਹ ਡਾਟਾ ਹੈ ਸਾਰਾ ਕੁਝ ਇਹ ਫੀਸ ਮੈਂ ਅਪਲਾਈ ਕੀਤੀ ਜੀ ਇਹਨਾਂ ਆਖਿਆ ਜਨਾਬ ਉਹ ਤੁਹਾਡਾ ਨਹੀਂ ਹੋ ਸਕਦਾ ਨਹੀਂ ਜਿਹੜਾ ਤੁਸੀਂ ਆਨਲਾਈਨ ਪਾਸਪੋਰਟ ਅਪਲਾਈ ਕੀਤਾ ਉਹ ਤੁਹਾਡਾ ਆਇਆ ਹੀ ਨਹੀਂ ਘਰ ਬਣ ਕੇ ਆਇਆ ਹੀ ਨਹੀਂ ਜਨਾਬ ਇਹਨਾਂ ਉਸ ਤੋਂ ਬਾਅਦ ਇਹਨਾਂ ਆਖਿਆ ਜੀ ਤੁਹਾਡੀ ਇਨਕੁਆਇਰੀ ਜਾਏਗੀ ਪਾਕਿਸਤਾਨ ਇੰਜ ਹੋਵੇਗਾ ਫਲਾਣ ਤੁਸੀਂ ਪਾਕਿਸਤਾਨੀ ਹੋ ਕਾਈ ਇਨਕੁਆਇਰੀ ਜਾਏਗੀ ਕਿਉਂ ਮੈਂ ਆਰਸ਼ਿਆ ਆਪਣਾ ਆਈਡੀ ਕਾਰਡ ਹੈ ਮੇਰੇ ਕੋਲ ਪਾਕਿਸਤਾਨ ਜੀ ਜੀ ਉਹ ਆਈਡੀ ਕਾਰਡ ਮੈਂ ਆਪਣਾ ਇਹਨਾਂ ਨੂੰ ਦਿੱਤਾ ਮੈਂ ਕਿਹਾ ਜੀ ਇਹ ਮੇਰੇ ਕੋਲ ਆਈਡੀ ਕਾਰਡ ਹੈ ਇਨਕੁਆਇਰੀ ਹੈ ਕਿਸ ਗੱਲ ਦੀ ਜਾਂ ਤਾਂ ਪਹਿਲਾਂ ਤੁਸੀਂ ਆਈਡੀ ਕਾਰਡ ਹੀ ਨਾ ਬਣਾਉਂਦੇ ਆਈਡੀ ਕਾਰਡ ਤੁਸੀਂ ਬਣਾ ਦਿੱਤਾ ਫਿਰ ਇਨਕੁਆਇਰੀ ਕਿਸ ਸ਼ਾਇਦ ਤੁਸੀਂ ਜਾਂਦੇ ਫਿਰ ਇਨਕੁਆਇਰੀ ਮੇਰੀ ਗਈ ਹੈ ਪਾਕਿਸਤਾਨ 6 ਮਹੀਨਿਆਂ ਬਾਅਦ ਮੇਰੀ ਇਨਕੁਆਇਰੀ ਇੱਥੇ ਜਨਾਬ ਆਈ ਹੈ ਜੀ ਜੀ ਇਨਕੁਆਇਰੀ ਆਈ ਹੈ ਹੁਣ ਤੁਸੀਂ ਇੰਜ ਕਰੋ ਜੀ ਦੁਬਾਰਾ ਪਾਸਪੋਰਟ ਅਪਲਾਈ ਕਰੋ ਦੁਬਾਰਾ ਫੀਸ ਦੇਣੀ ਪੈਣੀ ਹੈ ਇੰਜ ਕਰਨਾ ਪੈਣਾ ਕਿਉਂ ਇਹ ਖੁਦ ਖਾਂਦੇ ਨੇ ਜੀ 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 ਹਾਂ ਇਹ ਨਾ ਹੁਣ ਦੁਬਾਰਾ ਮੈਂ ਅਪਲਾਈ ਕੀਤਾ ਇਹਨਾਂ ਪੈਸੇ ਕਿੱਥੋਂ ਕੱਢੇ ਨੇ ਸਪਾਰਕਸ ਕਾਰਡ ਤੋਂ ਜੀ ਜੀ ਉਹ ਰਸੀਦ ਇਹਨਾਂ ਨੇ ਲਹਿਦਾ ਕਰ ਲਈ ਹੈ ਕਿਉਂ ਪਹਿਲੇ ਜਿਹੜਾ ਮੇਰਾ ਪਾਸਪੋਰਟ ਅਪਲਾਈ ਹੋਇਆ ਉਸੇ ਫੀਸ 'ਤੇ ਮੇਰਾ ਇਹ ਪਾਸਪੋਰਟ ਬਣਾਉਣ ਦੇ ਦੂਸਰੀ ਮੇਰੀ ਹੈ ਜਿਹੜੀ ਫੀਸ ਹੈ ਇਹ ਖੁਦ ਖਾਣ ਜੀ ਜੀ ਅਤੇ ਦੁਬਾਰਾ ਮੇਰੀ ਹਕੂਮਤ ਹੈ ਪਾਕਿਸਤਾਨ ਅੱਗੇ ਅਪੀਲ ਹੈ ਜੀ ਜੀ ਇਹਨਾਂ 'ਤੇ ਦਬਾਓ ਪਾਇਆ ਜਾਏ ਜੀ ਇਹਨਾਂ ਨੂੰ ਰੱਸਾ ਪਾਇਆ ਜਾਏ ਕਿਉਂ ਇਸ ਤਰੀਕੇ ਦਾ ਜਿਹੜਾ ਬੰਦਾ ਇੱਥੇ ਕੋਈ ਵੀ ਸਾਡਾ ਭਰਾ ਆਵੇ ਉਹਦੇ ਨਾਲ ਤਾਮਨ ਅੱਛੇ ਤਰੀਕੇ ਨਾਲ ਕੀਤਾ ਜਾਏ ਬਿਲਕੁਲ ਕਿਉਂਕਿ ਹੋਰ ਆਰ ਬੰਦੇ ਨੇ ਜ਼ਲੀਲ ਕਰਦੇ ਨੇ ਜੀ ਜੀ ਹੋਰ ਵੀ ਕੰਟਰੀਆਂ ਨੇ ਸਾਡੀਆਂ ਪਾਕਿਸਤਾਨ ਦੇ ਅੰਬੈਸੀਆਂ ਨੇ ਜਿੱਥੇ ਉਹ ਵੀ ਸਾਨੂੰ ਦਲੀਲ ਕਰਦੇ ਨੇ ਕਿਉਂ ਸਾਨੂੰ ਕੋਈ ਤਹਫ਼ਜ਼ ਨਹੀਂ ਦਿੱਤਾ ਜਾ ਰਿਹਾ ਅਸੀਂ ਇੱਥੇ ਆਏ ਹਾਂ ਇੱਥੋਂ ਪੈਸੇ ਕਮਾ ਕੇ ਪਾਕਿਸਤਾਨ ਦੇ ਵਿੱਚ ਭੇਜਣੇ ਹਾਂ ਅਸੀਂ ਆਪਣਾ ਟੈਕਸ ਦਿੰਦੇ ਹਾਂ ਕਿੱਥੇ ਸਾਡਾ ਪੈਸਾ ਜਾਂਦਾ ਪਾਕਿਸਤਾਨ ਹਕੂਮਤ ਕੋਲ ਜੀ ਜੀ ਕਿਉਂ ਅਸੀਂ ਲੱਖਾਂ ਰੁਪਈਆ ਤੋਰਨੇ ਆ ਮਹੀਨੇ ਦਾ ਜੀ ਜੀ ਅਤੇ ਉਹ ਕਿਸ ਪਾਸੇ ਜਾਂਦੇ ਸਾਡੇ ਟੈਕਸ ਇਹ ਸਾਨੂੰ ਇੱਥੇ ਆ ਕੇ ਕਹਿੰਦੇ ਤੁਸੀਂ ਪਾਕਿਸਤਾਨੀ ਨਹੀਂ ਤੁਹਾਡੇ ਇੰਜ ਹੋਣਾ ਚਾਹੀਦਾ ਫਲਾਣ ਹੋਣਾ ਚਾਹੀਦਾ ਇੱਕ ਬੰਦੇ ਦੇ ਕੋਲ ਪ੍ਰੂਫ ਹੈ ਆਈਡੀ ਕਾਰਡ ਇਸ ਤੋਂ ਵੱਡਾ ਪ੍ਰੂਫ ਕਿਹੜਾ ਅਤੇ ਫਿਰ ਵੀ ਉਸ ਤੋਂ ਬਾਅਦ ਸਾਨੂੰ ਦਲੀਲ 1 ਸਾਲ ਹੋ ਗਿਆ ਇੱਥੇ ਦਲੀਲ ਪਿਆਉਂਦੇ ਆ ਅਤੇ ਹਕੂਮਤ ਪਾਕਿਸਤਾਨ ਹਕੂਮਤ ਅੱਗੇ ਅਪੀਲ ਹੈ ਕਿਉਂ ਆਰ ਇਨਸਾਨ ਨੂੰ ਇੱਥੇ ਪਾਏ ਜਾਣ ਇਨਸਾਫ ਦਿੱਤਾ ਜਾਏ ਕੋਈ ਵੀ ਪਾਕਿਸਤਾਨੀ ਸਾਡਾ ਭਰਾ ਇੱਥੇ ਆਵੇ ਅੱਛੇ ਤਰੀਕੇ ਨਾਲ ਉਹਦੇ ਨਾਲ ਤਾਮਨ ਕੀਤਾ ਜਾਏ ਵਜ਼ੀਰ ਆਜ਼ਮ ਇਮਰਾਨ ਖਾਨ ਅੱਗੇ ਇਹ ਮੇਰੀ ਰਿਕੁਐਸਟ ਹੈ ਪਲੀਜ਼ ਓਕੇ ਥੈਂਕ ਯੂ ਅਸੀਂ ਤੁਹਾਡੀ ਇਨਸ਼ਾਅੱਲਾ ਜਿਹੜੀ ਆਵਾਜ਼ ਹੈ ਨਾ ਜਿਤਨੀ ਹਿੰਮਤ ਹੋਈ ਪਹੁੰਚਾ ਦੇਗੇ ਠੀਕ ਹੈ ਅੱਲਾਹ ਤਾਲਾ ਖੁਸ਼ ਰੱਖੇ ਭਾਈ ਜਾਣ ਤੁਹਾਨੂੰ